ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣਕਾਰੀ ਮਿਲਦੀ ਰਹੇ ਇਹ ਲੜੀਵਾਰ ਨੰਬਰ 2 ਹੈ ਜਿਦੇ ਵਿੱਚ ਬਾਬਾ ਜੀ ਲੰਕਾ ਜਾਂ ਸਿਲੋਨ ਪੂਜਣਾ ਅੱਗੇ ਰਾਜਕੁਮਾਰੀ ਦੇਵੀ ਦੇ ਪਹਾੜਾਂ ਦੇ ਛਾਲ ਕਰਦੇ ਹੋਏ ਲੰਕਾ ਦੇ ਟਿੱਪੂ ਦੇ ਜੀਵਾਂ ਨੂੰ ਸੱਚੇ ਰਾਹ ਲਾਉਂਦੇ ਹੋਏ ਤ੍ਰਿਕਨਾਮਲੋ ਸ਼ਹਿਰ ਇਸ ਦੇ ਪਾਸ ਹੀ ਇੱਕ ਰਾਵਣ ਦਾ ਵੱਡਾ ਪਾਰਾ ਕਿਲਾ ਹੈ ਜਿਸ ਦੇ ਇੱਕ ਪਾਸੇ ਸਮੁੰਦਰ ਦੇ ਤਿੰਨ ਪਾਸੇ ਨਦੀਆਂ ਹਨ ਤੇ ਇਸ ਤਰ੍ਹਾਂ ਦੇ ਸੱਤ ਕਿਲੇ 라ਵਣ ਦੇ ਹਨ ਦੇ ਜੀਵਨ ਨੂੰ ਸੁਮਤੇ ਲਾ ਕੇ ਸੁਮਤੇ ਲਾ ਕੇ ਤਿੰਨਾ ਪੜਾਵਾਂ ਤੇ ਮਟਿਆ ਕਲਮ ਸ਼ਹਿਰ ਜੋ Shivnab ਰਾਜੇ ਦਾ ਹੈ ਗੁਰੂ ਜੀ ਬਾਗ ਵਿੱਚ ਬਾਗ ਮਹੀਨੇ ਜਾਵ ਰਾਜੇ ਤੇ ਇੱਥੇ ਅੱਗੇ ਹੀ ਸਿੱਧ ਜੋਗੀ ਆਧਿਕ ਰਾਜੇ ਦੀ ਪ੍ਰੀਖਿਆ ਨਾਲ ਤੱਕੇ ਖਾ ਆਏ ਸਨ ਪਰ ਗੁਰੂ ਜੀ ਨੇ ਉਹਨਾਂ ਮੋਹਣੀਆਂ ਨੂੰ ਜੋ ਰਾਜੇ ਵੇਖਣ ਵਾਸਤੇ ਇਕੱਲੀਆਂ ਉਹਨਾਂ ਨੂੰ ਇਹ ਉਪਦੇਸ਼ ਗਾਛੋ putri રાજકુਵਾਰ ਆਦਿਕ ਸੁਨਾਇਆ ਤਾਂ ਉਹ ਚਰਨਾ ਤੇ ਡਿੱਗ ਪਈਆਂ ਤਦ ਰਾਜਾ ਵੀ ਗੁਰੂ ਜੀ ਦੀ ਚਰਨੀ ਆ ਗਿਆ ਤੇ ਰਾਣੀ ਦੇ ਵਸੀਕਰਨ ਮੰਤਰ ਪੁੱਛਣ ਤੇ ਗੁਰੂ ਜੀ ਨੇ ਨੀਵਣ ਸੁ ਅਖਰ ਖਵਣ ਗੁਣ ਜੇਵਾ ਮਣੀਆਂ ਮੰਤ ਆਦਿਕ ਸ਼ਬਦ ਦੁਆਰਾ ਸੱਚੀ ਵਸੀਕਰਨ ਮੰਤਰ ਦੱਸਿਆ ਤੇ ਰਾਜੇ ਰਾਣੀ ਦੀ ਮੁਰਾਦ ਪੂਰੀ ਕੀਤੀ ਤਾਂ ਜੋ ਰਾਜੇ ਸੁਦਰਸੈਨ ਆਦਿਕ ਉਸ ਬਲਾਇਤ ਵਿੱਚ ਰਾਜ ਕਰਦੇ ਸਨ ਸਾਰੇ ਇਸ ਦੇ ਮਤਾਹਿਤ ਕੀਤੇ ਤੇ ਸੱਚੀ ਭਗਤੀ ਬਖਸ਼ੀ ਰਾਜੇ ਨੇ ਬੜੇ ਹੀ ਪ੍ਰੇਮ ਨਾਲ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ